ਅਜੇ ਇੱਧਰ ਹੀ ਆ। ਠੀਕ ਆ, ਫੋਨ ਕਰ ਦੀ, ਅਸੀਂ ਤਿਆਰ ਹਾਂ। ਮਾਸਟਰ ਜੀ, ਬੰਦਾ ਭਰੋਸੇ ਵਾਲਾ, ਕਿਤੇ ਫੁੱਦੂ ਤਾਂ ਨਹੀਂ ਖਿੱਚ ਜੀ? ਪੈਸੇ ਦਿੱਤੇ ਆ, ਪੈਸਾ ਸਭ ਦਾ ਪੀਰ ਹੁੰਦਾ, ਬਾਕੀ ਸਾਡੀ ਕਿਸਮਤ। ਹਾਂ ਹੈਲੋ, ਚੈੱਕ ਕਰ ਆਪ ਜਿਹੜਾ। ਹੈਲੋ, ਠੀਕ ਹੈ? ਠੀਕ ਹੈ ਜੀ, ਓਕੇ, ਜਮਾਈ ਓਕੇ। ਵਾਈਟ ਬਲੈਰੋ ਆ, ਵਾਈਟ ਬਲੈਰੋ ਆ ਬਾਈ। ਕੋਈ ਗੱਡੀ ਆ ਰਹੀ ਹੈ, ਮੈਨੂੰ ਲੱਗਦਾ ਬਲੈਰੋ ਹੀ ਆ। ਚਲੋ ਮਾਸਟਰ ਜੀ, ਚਲੋ ਚੱਲ। ਕੁਛ ਨਹੀਂ, ਮੈਨੂੰ ਲੱਗਦਾ ਪੈਂਚਰ ਹੋ ਗਿਆ, ਮੈਂ ਦੇਖਦਾ। ਮੈਂ ਤੁਹਾਨੂੰ ਕਿਹਾ ਸੀ ਨਾ ਭੈਣਚੋ, ਤੇ ਭਰੋਸਾ ਨਹੀਂ ਕਰਨਾ। ਬਾਈ ਜੀ, ਮੈਂ ਤਾਂ ਕਹਿੰਦਾ ਹੁਣ ਇਹ ਅੜਿੱਕੇ ਚੜ ਗਏ ਨੇ, ਇਹਨਾਂ ਦੇ ਹੱਥ ਸਾਫ਼ ਕਰ ਦਈਏ। ਸਭ ਕੌਣ ਨੇ? ਹਾਂ ਹੈਲੋ, ਡਰ ਲੱਗ ਰਿਹਾ। ਇਹ ਗੱਡੀ ਹੋਰ, ਅਸਲੀ ਗੱਡੀ ਤਾਂ ਆ ਰਹੀ ਹੈ, ਇਹਨੂੰ ਛੇਤੀ ਕੱਢਣਾ ਪੈਣਾ। ਟੂਲ ਕਿੱਟ ਕਿੱਥੇ ਆ? ਪਿੱਛੇ, ਮੈਂ ਬਦਲ ਲੈਂਦਾ। ਨਹੀਂ ਨਹੀਂ, ਤੁਸੀਂ ਰਹਿਣ ਦਿਓ, ਤੁਸੀਂ ਬੈਠੋ, ਅਸੀਂ ਆਪੇ ਬਦਲ ਦਿੰਦੇ ਹਾਂ। ਠੀਕ ਹੈ ਰਵੀ, ਓਏ ਭਾਈ ਸਾਹਿਬ, ਤੁਸੀਂ ਜਾ ਸਕਦੇ। ਸ਼ੁਕਰੀਆ, ਥੈਂਕ ਯੂ ਵਾਲੀ ਕੋਈ ਗੱਲ ਨਹੀਂ ਹੈਗੀ, ਤੁਸੀਂ ਨਿਕਲੋ ਜਲਦੀ, ਜਾਓ ਹੁਣ ਜਲਦੀ ਨਿਕਲੋ। ਉਹ ਜਾ ਯਾਰ, ਨਿਕਲੋ ਨਿਕਲੋ। ਕਿਹੜਾ ਮੂੰਹ ਦੇਖਿਆ ਸੀ? ਉਹ ਬੇੜਾ ਗਰਕ ਹੋ ਗਿਆ ਹੋਵੇ, ਕਿਹਦਾ ਮੂੰਹ ਵੇਖਿਆ ਕੰਜਰ ਸਾਲੇ ਦਾ ਅੱਜ ਹੋਏ। ਇੰਨੀ ਵੀ ਸਾਲੇ ਨੇ ਇੱਕ ਸੁੱਤੇ ਟਾਈਮ ਪੈਂਚਰ ਆਉਣਾ ਸੀਗਾ। ਹੱਥ ਪਰ ਬਚਣ ਦੀ ਕੋਸ਼ਿਸ਼ ਨਾ ਕਰੀ। ਤੁਸੀਂ ਬੜਾ ਗਲਤ ਪੰਗਾ ਲੈ ਲਿਆ ਕਾਕਾ, ਮੈਨੂੰ ਇੱਕ ਘੰਟਾ ਲੱਗਣਾ ਤੁਹਾਡੇ ਬੂਥਿਆਂ ਤੋਂ ਨਕਾਬ ਤਾਰਨ ਲਈ, ਤੇ ਫਿਰ ਚੜਾਉਂ ਤੁਹਾਡੇ ਅੰਦਰ ਤੱਕ ਡੰਡਾ, ਤੇ ਤੁਸੀਂ ਸਾਰੀ ਉਮਰ ਭਰ ਪੜਾਉਂਦੇ ਰਹਿਣਾ ਆ ਕਿ ਅਸੀਂ ਗਲਤ ਪੰਗਾ ਲੈ ਲਿਆ। ਅਸੀਂ ਤਾਂ ਸੋਚਿਆ ਸੀ ਕਿ ਪਿਆਰ ਨਾਲ ਭੇਜਾਂਗੇ, ਜੇ ਹੁਣ ਤੁਸੀਂ ਸ਼ਗਨ ਲੈ ਕੇ ਜਾਣਾ ਤਾਂ ਫਿਰ ਤੁਹਾਡੀ ਮਰਜ਼ੀ। ਰਹੀ ਗੱਲ ਬੂਥਿਆਂ ਤੋਂ ਨਕਾਬ ਤਾਰਨ ਦੀ,
एक घंटा तो बहुत ज्यादा है। तेरा चा हमने पूरा कर दें। भी मिल जी। हाँ लो जी मास्टर जी। चंगा जी, सत श्रीकाल, आ जाओ। गुरी पता नहीं किवें बन गए पतंदर साले। मास्टर जी उठ जा रहा, इधर देखा। ओ क्यों उठाई जाना, ये कम तो असी भी कर सकते सी, पर साडा प्लैन सी कि पहला चाह नबेड़ लीए फिर बैठ के करते हैं गलबात। मैं कहना सी गलबात थोड़ी जी खुल के हो जाती, सानू भी चाह पिया दो यार। कोई गल नहीं, दे दिने चाह थोनू भी दे मुंडिया चाह इन्हों। पाजी मैं कहता सी जे चाह तो पहले पानी पिला दें दे मैनू, तो गल पता की है, दरअसल जे मैं सीधी चाह पी लेना तो मेरे अंदर तेजाब जी बन जाती है। कोई गल नहीं, तेजाब की भी गोली देवे तेन, टेंशन ना ले, पहला चाह पी। ਬਈ ਇੱਕ ਗੱਲ ਤਾਂ ਮੰਨਣੀ ਪੈਣੀ ਆ, ਜਦੋਂ ਬੰਦੇ ਨੂੰ ਗੰਦੀ ਤੀਵੀਂ ਤੋਂ ਛੁਟਕਾਰਾ ਮਿਲ ਜਾਵੇ ਨਾ ਫਿਰ ਧਰਮ ਨਾਲ ਬੰਦੇ ਨੂੰ ਨੀਂਦ ਬੜੀ ਵਧੀਆ ਆਉਂਦੀ ਆ। हैलो, समान पता की दा जेड़ा रात लुटिया सी तुसी। चंगी तरह पता ते पता करके लुटा ते समान संभालना भी हुंदा, पता इस गल दा नहीं, तेरे तो नहीं होना सी, जिदे तो तीवी नहीं संभाल हुई वो समान किवें संभाल लो।
अपने कदे छड़ के नहीं जाते, जेड़े छड़ के जाते हैं वह कदे अपने नहीं होंगे। तड़के तैयार हो जाता सूट बूट पा के वड्डा मास्टर ये तो कोई दिहाड़ी कर ला मरला फूक ला घरे चार पैसे तो आ जाएंगे ना वो तनखाह देंगे आ भी तड़के बन जाता बाबू जी अटके जिन्हें देने अगले दिल ही नीवी करी रखते इनू कड़ा शर्म हजाएगी आ अगले तो मेरा कौला वड वड खाते इन्हें कड़ा घरे वड़ना अद्धी रात घरे आना इनू की पता घर कबीलदारियां का लोगों जनानियां चढ़ते हो चढ़दा पाउंदियां ने इतने वरी वाले भी हजे तक हंटाई जानी है। वड्डा क्रांतिकारी किताबां जीआं तां करदियां जे इक पासा अज विच कुवाड़ी नूं नाले इहनूं लगू पता अग लगे हजे पढ़िया नूं टाइम ते पैसा धेला नहीं देना देण वाले नूं शर्म आउंदी नहीं और मंगण वाले नूं तां आउणी चाहीदी आ। अज जान सार पहला पैसे मंगी हमें डन बट्टा जहा बन के बैठा रहेगा उथे कोई दाल सब्जी बनाई अज तू रात बड़ी अरबी लेके आया सी आ चटनी रगड़ी आ तरके खा ला रोटी ते जले ओ जले अज साडे नाल दिहाड़ी लवादी साडा भैया कट गया एक रोटी खा के आना आ जी फिर आ दही पुत रोटी Thank you.
ਬਾਈ ਜੀ ਆ ਨਾਲ ਦੇ ਸਕੂਲ ਤੱਕ ਜਾਣਾ ਬੱਸ ਲੰਘ ਗਈ ਜੀ ਮੇਰੀ ਆਜੋ ਜੀ ਬਹੁਤ ਬਹੁਤ ਸ਼ੁਕਰੀਆ ਵੀਰੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪ੍ਰਿੰਸੀਪਲ ਸਾਹਿਬ ਆ ਗਏ ਹਾਂਜੀ ਹੁਣੇ ਆਏ ਆ ਗੱਡੀ ਪਾਰ ਕਰਕੇ ਆਫਿਸ 'ਚ ਗਏ ਆ ਅੱਛਾ ਜੋ ਮਰਜ਼ੀ ਕਰੋ ਮੈਨੂੰ ਸਕੂਲ ਦਾ ਰਿਜ਼ਲਟ ਵਧੀਆ ਚਾਹੀਦਾ ਤਾਂ ਜੋ ਸਕੂਲ ਦੀ ਰੈਪੋ ਬਣੀ ਰਹੇ ਅੰਡਰਸਟੈਂਡ ਅਤੇ ਜਿਸ ਤੋਂ ਇਹ ਕੰਮ ਨਹੀਂ ਹੋ ਰਿਹਾ ਆਪਣਾ ਰਿਜ਼ਾਈਨ ਇਸ ਟੇਬਲ 'ਤੇ ਰੱਖੋ ਅਤੇ ਜਾਓ ਮੀਟਿੰਗ ਇਜ਼ ਓਵਰ ਜਾ ਸਕਦੇ ਹੋ ਮੇ ਆਈ ਕਮੈਂਟ ਸਰ ਯੈਸ ਤੁਹਾਡੀ ਕਲਾਸ ਨਹੀਂ ਸੀ ਸਰ ਨੈਕਸਟ ਕਲਾਸ ਹੈ ਜੀ ਬੋਲੋ ਸਰ ਉਹ ਸੈਲਰੀ ਬਾਰੇ ਗੱਲ ਕਰਨੀ ਸੀ ਮੈਂ ਕੀਤੀ ਹੈ ਗੱਲ ਇਸ ਮੰਥ ਆ ਜਾਣੀ ਤੁਹਾਡੀ ਸੈਲਰੀ ਤੁਸੀਂ ਜਾ ਸਕਦੇ ਹੋ ਥੈਂਕ ਯੂ ਜੀ ਸਰ ਜੀ ਉਹ ਪੰਜਾਬੀ ਵਾਲੇ ਟੀਚਰ ਦੀ ਸੈਲਰੀ ਬਾਰੇ ਵੀ ਕਲੀਅਰ ਕਰ ਦੇਣਾ ਸੀ ਕਿਉਂ ਉਸਨੂੰ ਅਸੀਂ ਰੈਗੂਲਰ ਵਾਲੇ ਟੀਚਰ ਦੀ ਸੈਲਰੀ ਦਾ ਬਜਟ ਪਾ ਦਈਏ ਪਰ ਉਹਦਾ ਸੈਲਰੀ ਵਾਲਾ ਕੁਝ ਕਰਨਾ ਪੈਣਾ ਸਰ ਸਤਿ ਸ਼੍ਰੀ ਅਕਾਲ ਸਰ ਜੀ ਹਾਏ ਗੁੱਡ ਮਾਰਨਿੰਗ ਜੀ ਕੀ ਗੱਲ ਅੱਜ ਫੇਰ ਲੇਟ ਤੈਨੂੰ ਪਤਾ ਨਹੀਂ ਇਸ ਟਾਰਗੇਟ 'ਚ ਤੇਰੀ 10 ਕਰਾ ਦੀ ਰਿਕਵਰੀ ਬਾਕੀ ਹੈ ਅਜੇ ਓਏ ਟਾਰਗੇਟ ਤਾਂ ਪੂਰੇ ਹੋ ਜਾਣੇ ਤੂੰ ਮੈਨੂੰ ਆਹ ਦੱਸ ਤੇਰਾ ਮੇਰਾ ਟਾਰਗੇਟ ਕਦੋਂ ਪੂਰਾ ਹੋਣਾ ਮੈਂ ਨਾ ਇੱਥੇ ਆਉਂਦੀ ਜਾਂਦੀ ਦੁਨੀਆ ਵੇਖਦੀ ਹਾਂ ਪਰ ਤੇਰੇ ਵਰਗਾ ਠਰਕੀ ਬੰਦਾ ਨਹੀਂ ਵੇਖਿਆ ਚਲੋ ਸ਼ੁਕਰ ਹੈ ਇਸੇ ਬਹਾਨੇ ਜਨਾਬ ਉਹਨਾਂ ਨੇ ਸਾਨੂੰ ਦੇਖਿਆ ਤੇ ਸਹੀ ਬਕਵਾਸ ਨਾ ਮਾਰ ਹਾਜ਼ਰੀ ਲਾ ਤੇ ਦਫਾ ਹੋ ਇੱਥੋਂ ਇਹ ਸਭ ਨਾ ਤੂੰ ਮੈਨੂੰ ਉੱਤੋਂ ਉੱਤੋਂ ਦੀ ਗਲਦੀ ਆ ਅੰਦਰੋਂ ਤਾਂ ਤੂੰ ਮੈਨੂੰ ਆਹੀ ਚਾਹੁੰਦੀ ਹੈ ਕਿ ਕਾਸ਼ ਇਹ ਸੋਹਣਾ ਜਿਹਾ ਮੁੰਡਾ ਮੇਰੇ ਕੋਲ ਬੈਠ ਜਾਵੇ ਤੇ ਮੈਨੂੰ ਕੁੱਟ ਕੇ ਜੱਫੀ ਪਾ ਲਵੇ ਕੁੱਟ ਕੇ ਤੂੰ ਨਾ ਜਮਾਂ ਬੇਸ਼ਰਮ ਹੈ ਆ ਚੱਕ ਲਿਸਟ ਅਤੇ ਤੁਰਦਾ ਬਣ ਇੱਥੋਂ ਐਵੇਂ ਕਿਤੇ ਸਵੇਰ ਸਵੇਰ ਗਾਲਾਂ ਨਾ ਖਾ ਲਈ ਮੇਰੇ ਤੋਂ ਸਤਿ ਸ਼੍ਰੀ ਅਕਾਲ ਸਰ ਜੀ ਭਾਬੀ ਭਾਬੀ ਜੀ ਕੀ ਗੱਲ ਵੇ ਸੌਂਦਾ ਸੌਂਦਾ ਨੀ ਕਿ ਪੈਸਿਆਂ ਕਰਕੇ ਨੀਂਦ ਨਹੀਂ ਆਉਂਦੀ ਭਾਬੀ ਮਹੀਨੇ ਬਾਅਦ ਤੇ ਆਉਣਾ ਹੁੰਦਾ ਫਿਰ
ਰਾਤਾਂ ਨੂੰ ਨੀਂਦ ਕਿਵੇਂ ਆਵੇ ਤੈਨੂੰ ਵੇਖਣਾ ਚਾਹੁੰਦਾ ਚੱਲ ਆ ਜਾ ਫਿਰ ਲੰਘਿਆ ਚਾਹ ਪਿਆਉਂਦੇ ਭਾਬੀ ਮੈਂ ਕਹਿ ਰਿਹਾ ਸੀ ਕਿ ਚਾਹ ਫਿਰ ਕਿਸੇ ਦਿਨ ਹੋਰ ਪੀ ਲੂੰਗਾ ਅੱਜ ਬੜੀ ਕਾਲੀ ਸੀ ਕਿਸੇ ਹੋਰ ਪਾਸੇ ਤਾਂ ਨਹੀਂ ਪੀਣ ਲੱਗ ਗਿਆ ਚਾਹ ਤੂੰ ਸਵਾਦਾਂ ਦਾ ਤਾਂ ਪੱਟਿਆ ਹੋਇਆ ਤੂੰ ਉਹ ਨਹੀਂ ਭਾਬੀ ਤੇਰੀ ਵਾਲੀ ਗੱਲ ਹੀ ਕੁਝ ਹੋਰ ਹੈ ਤੂੰ ਤਾਂ ਘੈਂਟ ਹੈ ਤੇਰੇ ਵਰਗੀ ਚਾਹ ਕੋਈ ਬਣਾ ਸਕਦਾ ਉਹ ਤਾਂ ਆਫਿਸ ਵਾਲੇ ਨੇ ਡੰਡਾ ਮੇਰਾ ਮਤਲਬ ਕਿ ਆਫਿਸ ਵਾਲੇ ਚੀਕਾਂ ਮਾਰਦੇ ਨੇ ਜੇ ਟਾਰਗੇਟ ਪੂਰੇ ਨਾ ਹੁੰਦੇ ਮਰਜ਼ੀ ਹੈ ਧੱਕਾ ਤਾਂ ਮੈਂ ਤੇਰੇ ਨਾਲ ਕਰ ਨਹੀਂ ਸਕਦੀ ਤੂੰ ਠਹਿਰ ਪੈਸੇ ਲੈ ਕੇ ਆਉਂਦੀ ਹਾਂ ਆ ਲੈ ਫੜ ਭਾਬੀ 200 ਘੱਟ ਹੈ ਇਹਦੇ ਚ ਕੋਈ ਨਾ ਅਗਲੀ ਵਾਰ ਦੇ ਦੂੰਗੀ ਨਹੀਂ ਤਾਂ ਕੋਲੋਂ ਪਾ ਲਈ ਕਿੱਥੇ ਜਾਵੇਂਗੀ ਇੰਨੇ ਪੈਸੇ ਲੈ ਕੇ ਫਿਲਮ ਦੇਖਣ ਜਾਣਾ ਮੈਂ ਆਪਣੇ ਰਾਂਝੇ ਨਾਲ ਵੇ ਇਹਦੇ ਨਾਲ ਨੀ ਕੋਈ ਹੋਰ ਆ ਇਹ ਤੈਨੂੰ ਰਾਂਝਾ ਲੱਗਦਾ ਇਹ ਤਾਂ ਮਰ ਜਾਣਾ ਕਦੋਂ ਵੀ ਨੀ ਤੇਰੇ ਨਜ਼ਾਰੇ ਭਾਬੀਏ ਚੱਲ ਚੰਗਾ ਫਿਰ ਮਿਲਦੇ ਹਾਂ ਚੱਲ ਠੀਕ ਆ ਲੱਖੇ ਹਾਂਜੀ ਭਾਜੀ ਆ ਚੱਲੀਏ ਧੀਰਾ ਕਿੱਥੇ ਆ ਉਹ ਭਾਜੀ ਉਹ ਤਾਂ ਗਿਆ ਡਿਪੂ ਤੇ ਕਣਕ ਤੇ ਆਪਣੇ ਉਹ ਦਾਲ ਲੈਣ ਨਾਲੇ ਤੁਹਾਨੂੰ ਪਤਾ ਡਿਪੂ ਖੁੱਲ੍ਹਾ ਸੀ ਨਾਲੇ ਸਵੇਰੇ ਸਵੇਰੇ ਭੀੜ ਵੀ ਘੱਟ ਹੁੰਦੀ ਹੈ ਇੱਕ ਤਾਂ ਭੈਣ ਚੋ ਆਟਾ ਤੇ ਦਾਲ ਸਾਡਾ ਖਹਿੜਾ ਨਹੀਂ ਛੱਡਦੇ ਅਸੀਂ ਆਪਦੇ ਹੱਕਾਂ ਲਈ ਸਵਾਹ ਲੜਨਾ ਜਿੱਦੇ ਸਾਲਾ ਐਕਸ਼ਨ ਕਰਨਾ ਹੁੰਦਾ ਉਹਦੇ ਸਾਲੇ ਡਿਪੂ ਖੁੱਲ੍ਹ ਜਾਂਦੇ ਆ ਉਹ ਭਾਜੀ ਸਿਆਣੇ ਆਉਂਦੇ ਹੁੰਦੇ ਆ ਜੇ ਕਿਤੇ ਸਰਕਾਰ ਤੇਲ ਬਣਦੀ ਹੋਵੇ ਨਾ ਤੇ ਕੋਲੇ ਭਾਂਡਾ ਨਾ ਹੋਵੇ ਤੇਲ ਜਿੱਤੀ ਚ ਪਵਾਉਣਾ ਚਾਹੀਦਾ ਤੂੰ ਲੈ ਮੈਂ ਤਾਂ ਭਾਈ ਸਵੇਰੇ ਤੜਕੇ ਤੜਕੇ ਲਾਇਆ ਹੋਰ ਵੀ ਲੈਣਾ ਹੋਣਾ ਕਿਸੇ ਨੇ ਉਹ ਭਾਜੀ ਸਾਰੇ ਮੇਰੇ ਨਾਲ ਹੀ ਤਾਂ ਗਏ ਸੀ ਆਹ ਦੇਖ ਲੈ ਉਹ ਆ ਸਿੱਟ ਕੇ ਛੇਤੀ ਆ ਭੱਠੇ ਤੇ ਆ ਜਾ ਲਿਆਓ ਭਾਜੀ ਫੜਾਓ ਪੱਠਾ ਮਜ਼ਦੂਰ ਏਕਤਾ ਜਿੰਦਾਬਾਦ 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 ਪੱਠਾ ਮਜ਼ਦੂਰ ਏਕਤਾ ਜਿੰਦਾਬਾਦ 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 ਸਾਥੀਓ ਵੇਲਾ ਆ ਗਿਆ ਸਾਨੂੰ ਇੱਕਜੁੱਟ ਹੋਣ ਦਾ ਜਿੰਨੀ ਦੇਰ ਤੁਸੀਂ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਇਹ ਸਾਨੂੰ ਇਸੇ ਤਰ੍ਹਾਂ ਲੁੱਟਦੇ ਰਹਿਣਗੇ ਸਾਨੂੰ ਖਾਂਦੇ ਰਹਿਣਗੇ ਇਹ ਜੋਕਾਂ ਨੇ ਅੱਜ ਤਾਂ ਹੜਤਾਲ ਸਾਡੇ ਪੱਠੇ ਤੇ ਹੋਈ ਹੈ ਕੱਲ ਨੂੰ ਮਹਾਰਾਜ ਤੁਹਾਡੇ ਤੇ ਵੀ ਹੋ ਸਕਦੀ ਹੈ ਨਾਲੇ ਆਪਾਂ ਨੇ 1 ਰੁਪਿਆ ਰੇਟ ਵਧਾਇਆ ਕੱਚੀ ਇੱਟ ਦਾ ਹਾਂਜੀ ਉਹ ਤਾਂ ਠੀਕ ਹੈ ਗੱਲ ਏਦਾਂ ਹੈ ਬਈ ਕੱਚੀ ਇੱਟ ਦਾ ਰੇਟ ਜੇ ਆਪਾਂ ਵਧਾਉਂਦੇ ਹਾਂ ਆਪਣਾ ਇੱਕਾ ਤਾਂ ਹੋਣਾ ਚਾਹੀਦਾ ਹਾਂਜੀ ਏਦਾਂ ਕਰਦੇ ਹਾਂ ਆਪਾਂ ਇੱਕ ਮੀਟਿੰਗ ਰੱਖਦੇ ਹਾਂ ਸਰ ਮੀਟਿੰਗ ਤਾਂ ਬਣਦੀ ਹੈ ਹਾਂਜੀ ਹਾਂਜੀ ਸਾਹਿਬ ਜੀ ਡੀਜ਼ਲ ਦੇ ਰੇਟ ਵੀ ਵਧੇ ਹੈ ਔਰ ਆਪਾਂ ਨੇ ਵੀ ਇੱਟ ਦਾ ਰੇਟ ਚੱਕਦਾ ਪੱਕੀ ਦਾ ਪਰ ਇਹਨਾਂ ਦਾ ਰੇਟ ਉਹੀ ਹੈ ਕੁਝ ਕਰਨਾ ਪੈਣਾ ਇਹਨਾਂ ਦਾ ਫਿਰ ਅਸੀਂ ਵੀ ਪੱਕੀ ਇੱਟ ਦਾ ਰੇਟ ਵਧਾਵਾਂਗੇ ਨਾ ਜੀ ਨਾ ਉਹ ਨਹੀਂ ਵਧਾ ਸਕਦੇ ਫਿਰ ਦੂਸਰੇ ਫਾਇਦਾ ਚੱਕ ਜਾਣਗੇ ਸਾਡੀ ਇਹਨਾਂ ਨਾਲ ਪੀੜ੍ਹੀਆਂ ਦੀ ਸਾਂਝ ਹੈ ਪਰ ਇਹਨਾਂ ਨੇ ਹੜਤਾਲ ਕਰਕੇ ਅੱਛਾ ਨਹੀਂ ਕੀਤਾ ਇਹਨਾਂ ਨੂੰ ਹੜਤਾਲ ਨਹੀਂ ਸੀ ਕਰਨੀ ਚਾਹੀਦੀ ਮਹਾਰਾਜ ਢਿੱਡ ਦੀ ਭੁੱਖ ਅੱਗੇ ਕਾਹਦੀ ਸਾਂਝ ਕਿੰਨੇ ਕੁ ਬੰਦੇ ਨੇ ਹਾਲੇ ਤਾਂ ਬੰਦੇ ਗਿਣਤੀ ਦੇ ਆ ਜੇ ਯੂਨੀਅਨ ਨਾ ਮੰਨੀ ਤਾਂ ਵੱਧ ਵੀ ਸਕਦੇ ਆ ਬਾਕੀ ਤੁਸੀਂ ਦੇਖ ਲਓ ਹੁਣ ਸਾਥੀਓ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਕੱਚੀ ਇੱਟ ਦੇ ਰੇਟ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਹਾਲਾਂਕਿ ਉਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਪੱਕੀ ਇੱਟ ਦੇ ਰੇਟ ਦੇ ਵਿੱਚ 2 ਵਾਰੀ ਵਾਧਾ ਕੀਤਾ ਇਹ ਕਹਿੰਦੇ ਆ ਕਿ ਪ੍ਰਵਾਸੀ ਮਜ਼ਦੂਰ ਤਾਂ ਕੁਛ ਬੋਲਦੇ ਨਹੀਂ ਤੁਸੀਂ ਐਵੇਂ ਰੌਲਾ ਪਾ ਰੱਖਿਆ ਇਸ ਦੇ ਬਾਵਜੂਦ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਅਤੇ ਰਾਜਸਥਾਨੀ ਮਜ਼ਦੂਰਾਂ ਨੂੰ ਨਾਲ ਰਲਾਇਆ ਫਿਰ ਵੀ ਇਹਨਾਂ ਦੇ ਕੰਨਾਂ ਤੋਂ ਜੂ ਨਹੀਂ ਸਿਰਕ ਰਹੀ ਕਿਉਂ ਨਹੀਂ ਸਿਰਕੀ ਕਿਉਂਕਿ ਸਾਡੇ ਵਿੱਚ ਏਕਾ ਨਹੀਂ ਹੈ ਅਸੀਂ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਜਦੋਂ ਦਾ ਸਰਕਾਰ ਨੇ ਫ੍ਰੀ ਦਾ ਖਾਣਾ ਸ਼ੁਰੂ ਕੀਤਾ ਨਾ ਸਿਰੀਆਂ ਚੁੱਕਣ ਲੱਗ ਗਏ ਜੇ ਟਾਈਮ ਸਿਰ ਨਾ ਕੀ ਲਿਆ ਗਿਆ ਡੰਗ ਮਾਰਨ ਗਏ ਇਹਨਾਂ ਦੀ ਸੰਗੀ ਤਾਂ ਨੱਪੀ ਲੈ ਜਨਾਬ
ਹੌਲੀ ਬੋਲੋ, ਆ ਵੀ ਇਹਨਾਂ ਦੇ ਨਾਲ ਹੀ ਹੈ। ਅੱਛਾ, ਆ ਜਿਹੜੇ ਹੁਣ ਤੁਸੀਂ ਚਾਰ ਬੰਦੇ ਬੈਠੇ ਹੋ, ਇਹਦੇ ਨਾਲ ਕੋਈ ਯੂਨੀਅਨ ਨਹੀਂ ਬਣ ਜਾਂਦੀ। ਬਹੁਤ ਸਾਰੇ ਲੋਕ ਨੇ ਜਿਵੇਂ ਹੁਣ ਆਹ ਕੰਮ ਕਰ ਰਹੇ ਨੇ, ਜਿੰਨੀ ਦੇਰ ਇਹ ਲੋਕ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ, ਇਹਨਾਂ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਣੀ। ਕਦੋਂ ਤੱਕ ਤੁਸੀਂ ਇਹਨਾਂ ਦੀ ਗੁਲਾਮੀ ਕਰਦੇ ਰਹੋਗੇ? ਕਦੋਂ ਤੱਕ ਤੁਸੀਂ ਇਹਨਾਂ ਦੇ ਅਸਾਨਾਂ ਦੇ ਥੱਲੇ ਦਬੇ ਰਹੋਗੇ? ਲੱਗੇ ਭਾਈ, ਇੱਕ ਨਾ ਇੱਕ ਦਿਨ ਇਹਨਾਂ ਨੂੰ ਆਪਣੀ ਆਵਾਜ਼ ਚੁੱਕਣੀ ਪੈਣੀ ਆ। ਤੇਰੇ ਘਰ ਗਿਆ ਸੀ ਮੈਂ, ਹਾਲੇ ਪਤਾ ਲੱਗਿਆ ਤੂੰ ਉੱਥੇ ਆਇਆ। ਆਹੋ, ਬਸ ਉਹ ਧਰਨੇ 'ਤੇ ਆਏ। ਤੇਰੇ ਵਾਲੇ ਪੈਸੇ ਮੈਂ ਨਾਲ ਹੀ ਚੱਕੀ ਫਿਰਦਾ। ਲਿਆ ਭਰਾਵਾ, ਹਾਲ ਹੈ ਪਿਛਲੀ ਵਾਰ ਵਾਲਾ ਜੁਰਮਾਨਾ ਪੈ ਗਿਆ ਤੈਨੂੰ ਪਤਾ? ਗਿਣ ਲੈ, ਦੇਖ ਪੂਰੇ ਆ। ਯਾਰ ਇਹ ਤਾਂ ਘੱਟ ਹੈ ਬਾਈ, ਯਾਰ ਇਹਨਾਂ ਤੋਂ ਮੰਗ ਲੈ ਯਾਰ ਕਿਸੇ ਤੋਂ। ਯਾਰ ਬਾਈ ਇਹਨਾਂ ਤੋਂ ਕੀ ਮੰਗਣਾ ਯਾਰ, ਇਹ ਵੀ ਮੇਰੇ ਵਰਗੇ ਹੀ ਹੈ। ਲੈ ਫੜ ਮਾਮਾ, ਮੇਰਾ ਟਾਰਗੇਟ ਪੂਰਾ ਨਹੀਂ ਹੋਣਾ। ਪੰਜਾਬੀ ਬਹੁਤ ਸੌਖੀ ਭਾਸ਼ਾ। ਅੱਜ ਆਪਾਂ ਜੋੜ ਅੱਖਰਾਂ ਬਾਰੇ ਪੜ੍ਹਿਆ, ਕੱਲ੍ਹ ਨੂੰ ਆਪਾਂ ਅੱਗੇ ਪੜ੍ਹਾਂਗੇ। ਜੋੜ ਅੱਖਰਾਂ ਵਿੱਚ ਆਪਾਂ ਸਿਰਫ ਅੱਖਰਾਂ ਨੂੰ ਜੋੜਨਾ ਹੁੰਦਾ। ਦੋ ਅੱਖਰ ਜੋੜ ਲਓ, ਤਿੰਨ ਅੱਖਰ ਜੋੜ ਲਓ, ਚਾਰ ਅੱਖਰ ਜੋੜ ਲਓ, ਬਸ ਆਪਣੇ ਸ਼ਬਦ ਸਹੀ ਬਣਨੇ ਚਾਹੀਦੇ ਆ। ਠੀਕ ਆ, ਕੱਲ੍ਹ ਤੋਂ ਆਪਾਂ ਦੋ ਦੋ ਤਿੰਨ ਤਿੰਨ ਅੱਖਰਾਂ ਦੀਆਂ ਹੋਰ ਲਾਈਨਾਂ ਬਣਾਵਾਂਗੇ, ਜਿਵੇਂ ਅੱਜ ਪੜ੍ਹਿਆ। ਮੰਮਾ ਟੈਂਕਾ ਰਾਰਾ ਮਟਰ। ਸਰ ਤੁਹਾਨੂੰ ਪ੍ਰਿੰਸੀਪਲ ਸਰ ਬੁਲਾ ਰਹੇ ਨੇ। ਆ ਗਿਆ ਜੀ, ਬੱਚਿਓ ਦੋ ਮਿੰਟ ਦੀ, ਫਿਰ ਮੈਂ ਆ ਗਿਆ। ਰੌਲਾ ਨਹੀਂ ਪਾਉਣਾ ਕਿਸੇ ਨੇ। ਮੈਂ ਕਮ ਸਰ, ਤੁਸੀਂ ਬੈਠੋ। ਆ ਤੁਹਾਡੀ ਸੈਲਰੀ ਆ ਗਈ ਸਰ। ਤੁਸੀਂ ਤਾਂ ਕਹਿ ਰਹੇ ਸੀ ਅਕਾਊਂਟ 'ਚ ਪਾਓਗੇ। ਪ੍ਰੋਬਲਮ ਸੀ, ਤੁਸੀਂ ਪੇਮੈਂਟ ਗਿਣ ਲਓ। ਠੀਕ ਹੈ ਜੀ। ਮੈਨੂੰ ਚੰਗਾ ਤਾਂ ਨਹੀਂ ਲੱਗ ਰਿਹਾ, ਪਰ ਮੇਰੀ ਮਜਬੂਰੀ ਹੈ, ਤੁਸੀਂ ਇਸ 'ਤੇ ਵੀ ਸਾਈਨ ਕਰ ਦਿਓ। ਸਰ ਜੀ, ਜੇ ਕੋਈ ਪੈਸਿਆਂ ਦਾ ਚੱਕਰ ਹੈ ਜੀ, ਕੋਈ ਗੱਲ ਨਹੀਂ, ਸੈਲਰੀ ਅਗਲੇ ਮਹੀਨੇ ਆ ਜਾਣੀ ਹੈ ਜੀ। ਆ ਰੱਖ ਲਓ ਜੀ ਤੁਸੀਂ। ਨਹੀਂ ਨਹੀਂ, ਰੱਖੋ ਤੁਸੀਂ। ਜੋ ਤੁਸੀਂ ਸੋਚ ਰਹੇ ਹੋ ਨਾ, ਇੱਦਾਂ ਦੀ ਗੱਲ ਨਹੀਂ, ਨਾ ਮੈਂ ਸਮਝਾ ਸਕਦਾ। ਸਰ ਜੀ, ਇਹੋ ਜਿਹੀ ਕਿਹੜੀ ਗੱਲ ਹੈ ਜੀ ਜਿਹੜੀ ਸਾਡੀ ਪੰਜਾਬੀ ਲਿਪੀ 'ਚ ਫਿੱਟ ਨਹੀਂ ਹੁੰਦੀ? ਇੱਕ ਮਿੰਟ, ਤੁਸੀਂ ਆ ਜਾਓ, ਮੈਂ ਸਮਝਾਉਂਦਾ। ਬੱਚਿਓ ਇੱਧਰ ਆਓ, ਇੱਧਰ ਆਓ ਬੱਚਿਓ। ਹਾਂਜੀ ਬੇਟਾ, ਤੁਹਾਡੇ ਪਾਪਾ ਕੀ ਕਰਦੇ ਨੇ? ਪੰਜਾਬ ਪੁਲਿਸ। ਪੰਜਾਬ ਪੁਲਿਸ। ਤੁਹਾਡੇ ਪਾਪਾ? ਸਰਕਾਰੀ ਵਕੀਲ। ਤੇ ਤੁਹਾਡੇ ਬੇਟਾ? ਟੀਚਰ। ਟੀਚਰ। ਕਿਸ ਚੀਜ਼ ਦੇ ਬੱਚੇ? ਪੰਜਾਬੀ। ਪੰਜਾਬੀ ਦੇ। ਤੁਸੀਂ ਜਾ ਸਕਦੇ ਬੇਟਾ, ਜਾਓ ਜਾਓ ਬੇਟਾ। ਸਭ ਕੁਝ ਉਲਝਿਆ ਪਿਆ। ਜਦੋਂ ਸਰਕਾਰੀ ਮੁਲਾਜ਼ਮ ਆਪਣੇ ਬੱਚੇ ਕਾਨਵੈਂਟ ਸਕੂਲ 'ਚ ਪੜ੍ਹਾਉਂਦੇ ਆ ਕਿ ਸਾਡੇ ਬੱਚੇ ਅੰਗਰੇਜ਼ੀ ਬੋਲਣ, ਤਾਂ ਫਿਰ ਇੱਥੇ ਪੰਜਾਬੀ ਟੀਚਰ ਦੀ ਕੀ ਵੈਲਿਊ? ਇੱਥੇ ਇਹ ਉਹੀ ਗੱਲ ਆ ਜਿਹੜੀ ਪੰਜਾਬੀ ਨੂੰ ਕੁਝ ਫਿੱਟ ਨਾ ਹੋਵੇ।
साइन इट। ਤੁਹਾਡੀ ਗੱਲ ਯੂਨੀਅਨ 'ਚ ਚੱਲਦਾ ਰਹੀ ਸੀ, ਉਹ ਇੱਕ ਨਾ ਇੱਕ ਦਿਨ ਤੁਹਾਡਾ ਰੇਟ ਵਧਾਈ ਦੇਣਾ ਸੀ, ਇਹਨਾਂ ਨੂੰ ਨਾਲ ਲਿਆਉਣ ਦੀ ਕੀ ਲੋੜ ਪੈ ਗਈ ਸੀ? ਕਰੀ ਸੀ ਮੈਂ ਸੇਠ ਨਾਲ ਗੱਲ, ਉਹ ਕਹਿੰਦਾ ਇਹ ਕਿਹੜਾ ਬੋਲਦੇ ਆ, ਬਸ ਅਸੀਂ ਇਹਨਾਂ ਨੂੰ ਬੋਲਣ ਲਾਉਣਾ। ਲੀਡਰਾਂ ਵਾਂਗੂ ਗੱਲਾਂ ਕਰਨ ਲੱਗ ਗਿਆ ਤੂੰ, ਗੱਲ ਤਾਂ ਮੁਕਾਇਆ ਹੀ ਮੁੱਕਣੀਆਂ। ਚੱਲ ਅੱਜ ਆਪਾਂ ਗੱਲ ਮੁਕਾਈ ਦਿੰਦੇ ਹਾਂ। ਪ੍ਰਧਾਨਾ, ਜੋ ਗੱਲ ਕਰਨੀ ਹੈ ਨਾ ਇਹਨਾਂ ਸਾਰਿਆਂ ਦੇ ਸਾਹਮਣੇ ਹੋਊਗੀ। ਹਾਂ ਬਈ, ਸਾਡੀ ਭੱਠਾ ਮਾਲਕ ਯੂਨੀਅਨ ਨੂੰ ਤੁਹਾਡੀਆਂ ਸਾਰੀਆਂ ਹੀ ਸ਼ਰਤਾਂ ਮਨਜ਼ੂਰ ਆ, ਹੁਣ ਖੁਸ਼ ਹੋ ਤੁਸੀਂ? ਚੰਗਾ ਜੀ। ਖੁਸ਼ ਹਾਂ? ਇਹ ਲੋਕ ਆਏ ਸੂਤ ਆਉਂਦੇ, ਇਨਕਲਾਬ ਜਿੰਦਾਬਾਦ ਜਿੰਦਾਬਾਦ, ਪੱਠਾ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਪੱਠਾ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਪੱਠਾ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਇਹ ਤਾਂ ਸੌਖੇ ਹੀ ਮੰਨ ਗਏ, ਮੈਨੂੰ ਲੱਗਦਾ ਹੁਣ ਇੱਥੇ ਤੂਫਾਨ ਆਊ। ਸ਼ੁਰੂਆਤ ਤਾਂ ਹੋ ਗਈ, ਤਿਆਰੀ ਖਿੱਚ ਲਓ। ਆਓ ਜੀ ਭਾਅ ਜੀ। ਹਾਂਜੀ ਬਾਈ ਜੀ, ਕੋਈ ਲੇਡੀ ਸੂਟ ਦਿਖਾ ਦਿਓ ਜੀ ਵਧੀਆ ਜਿਹਾ। ਅੱਛਾ ਜੀ, 1000 ਤੱਕ ਦਿਖਾ ਦਾਂ? ਐਂ ਤਾਂ ਜੀ 1500 ਦਾ ਦਿਖਾ ਦਿਓ। ਲਓ ਜੀ ਇਸ ਟਾਈਪ ਦਾ ਦੇਖੋ ਜੀ। ਨਹੀਂ ਜੀ, ਇੱਕ ਆਹ ਦੇਖੋ ਸਪੈਸ਼ਲ ਆਈਟਮ ਆਈ ਹੈ, ਇਹ ਵੀ ਬੜਾ ਸੋਹਣਾ ਹੈ ਜੀ। ਹਾਂ ਆ ਦੇਖੋ ਜੀ, ਯੈਲੋ ਕਲਰ 'ਚ ਹੈ ਜੀ, ਬੜਾ ਸੋਹਣਾ ਹੈ ਜੀ, ਪਿਓਰ ਦਾ ਦੁਪੱਟਾ। ਆ ਕਰ ਦੇ, ਠੀਕ ਹੈ ਜੀ, ਆ ਪੈਕ ਕਰ ਦੇ। ਠੀਕ ਹੈ ਜੀ, 1500। ਹਾਂਜੀ ਸਤਿ ਸ਼੍ਰੀ ਅਕਾਲ ਜੀ। Thank you.
साला, तू भैन चोद कदे मेरे नाल सिद्धे मूंह गल नहीं कीती। पता नहीं किन्ने सवालां दे जवाब मैं अपने आप नूं आप ही दिंदा रहा। तेरी सौ अगे तो हजे कुछ नहीं करदी, फिर छड़ दे यार दा इन्ना हेज। साला तेरे नाल तां मुलाकात भी चज नाल ना हुई, हुण तां तू बोल भी नहीं सकदा, चीका ही मारूंगा। मैनूं छड़ दे, मैनूं माफ कर दे, मैं तेरे पैर दी जुत्ती बन के रहूंगी, छड़ दे। ओ पाजी, लंघ लो या खड़ जाओ, हुन गां नूं लंघ जाओ ना, खड़ जा।
ਸੀ ਮੇਰੇ ਲਈ? ਅੱਜ ਸਾਰੀ ਤਨਖਾਹ ਮਿਲ ਗਈ ਸੀ। ਸੋਚਿਆ ਤਾਂ ਬਹੁਤ ਸੀ ਹੋਰ ਕੁਛ ਵੀ ਲੈ ਲਾ, ਫਿਰ ਸੋਚਿਆ ਤੂੰ ਪੈਸੇ ਲੈ ਲਈ, ਆਪਦੀ ਮਰਜ਼ੀ ਨਾਲ ਖਰੀਦੀ ਸਾਰਾ ਕੁਛ। ਆ ਲੈ ਆਪਣੇ ਹਿਸਾਬ ਨਾਲ ਵਰਤ ਲਈ। ਭੁੱਖ ਬਹੁਤ ਲੱਗੀ ਹੈ, ਕੁਛ ਖਾਣ ਨੂੰ ਹੈ? ਹਾਂ, ਅੱਜ ਮੈਂ ਖੀਰ ਬਣਾਈ ਆ, ਮੇਰਾ ਦਿਲ ਕਰਦਾ ਸੀ, ਲੈ ਕੇ ਆਵਾਂ? ਸੂਟ ਬਹੁਤ ਸੋਹਣਾ। ਸੋਹਣੇ, ਮਲਕੀਤ ਘਰ ਜਾਣਾ ਸੀ ਯਾਰ। ਕਿਹੜਾ ਮਲਕੀਤ? ਮਲਕੀਤ ਆਪਣਾ ਉਹ ਸਾਊਂਡ ਵਾਲਾ? ਨਹੀਂ ਨਹੀਂ, ਬਿਨਾਂ ਸਾਊਂਡ ਵਾਲਾ, ਸਨ ਆਫ ਬਘੇਲਾ। ਅੱਛਾ ਅੱਛਾ, ਬਘੇਲਾ ਸਿੰਘ, ਤੂੰ ਐਂ ਕਰ ਇੱਥੋਂ ਸਿੱਧਾ ਹੋ ਜਾ, ਅੱਗੇ ਖੇਤ ਆਉਣਗੇ। ਹਾਂ, ਖੇਤਾਂ ਦੇ ਵਿਚਕਾਰ ਹੈ। ਅੱਛਾ ਅੱਛਾ, ਆਹ ਸੜਕ ਸਿੱਧੀ ਹੋ ਜਾ ਐਂ ਕਰਕੇ। ਇਹਨੂੰ? ਹਾਂ ਹਾਂ, ਸਿੱਧੀ। ਚੱਲ ਠੀਕ ਹੈ। ਸੋਹਣੇ, ਤੈਨੂੰ ਸਾਫ਼ ਕਰ ਲਾ, ਤੇਰੀ ਮਿੱਟੀ ਲੱਗੀ ਇੱਥੇ। ਕੋਈ ਗੱਲ ਨਹੀਂ ਭਾਜੀ, ਤੁਸੀਂ ਸਾਡਾ ਖਿਆਲ ਰੱਖੋ ਜੀ, ਅਸੀਂ ਤੁਹਾਡਾ ਰੱਖਾਂਗੇ। ਮੈਂ ਕਿਹਾ ਜਿਵੇਂ ਤੁਸੀਂ ਕਿਹਾ ਮਾਲ ਉਵੇਂ ਪੈਕ ਹੋ ਰਿਹਾ। ਕੋਈ ਗੜਬੜੀ ਨਹੀਂ ਹੋਣੀ, ਰੁਕ ਕੇ ਕਰਦਾ ਜੀ। ਆਇਆ ਵੀ ਮਲਕੀਸੀਆਂ ਕਰ ਰਹੀਆਂ ਖਤਰਨਾਕ ਜਿਹੇ ਬੰਦੇ ਲੱਗ। ਹਾਂ ਬਈ, ਕਿਹਨੂੰ ਮਿਲਣਾ? ਸਤਿ ਸ਼੍ਰੀ ਅਕਾਲ ਭਾਜੀ, ਕੰਮ ਦੀ ਗੱਲ ਕਰਾਂ। ਮਲਕੀਤ ਦਾ ਹੀ ਕੰਮ ਸੀ ਬਾਈ, ਕਿਸ਼ਤ ਦੇ ਪੈਸੇ ਲੈਣੇ ਸੀ ਮੈਂ। ਕੌਣ ਹੈ ਮਲਕੀਤ? ਪਤਾ ਨਹੀਂ ਕੌਣ ਆ ਬਾਈ, ਮਿੰਤਾਂ ਵਾਲੀ ਗੱਲ ਹੈ, ਮੇਰਾ ਟਾਰਗੇਟ ਪੂਰਾ ਨਹੀਂ ਹੋਣਾ ਜੇ ਕਿਸ਼ਤ ਇਕੱਠੀ ਨਾ ਹੋਈ। ਮੈਨੂੰ ਵੇਖ ਕੇ ਲੋਕ ਗਿਆ ਨਾ। ਮਲਕੀਤ ਵੀਰੇ, ਬਾਹਰ ਆ ਜਾਓ, ਤੁਹਾਡੀ ਪਹਿਲੀ ਕਿਸ਼ਤ ਹੈ, ਜੁਰਮਾਨਾ ਪੈ ਜਾਣਾ ਵੀਰੇ। ਮੈਂ ਕਿਹਾ ਸੀ ਨਾ ਅੰਦਰ ਹੀ ਹੋਣਾ ਬਾਈ, ਇੱਧਰੋਂ ਆਵਾਜ਼ ਆਈ ਹੈ ਬਾਈ, ਸਾਡਾ ਨਾ ਰੋਜ਼ ਦਾ ਕੰਮ ਹੈ, ਸਾਨੂੰ ਵੇਖ ਕੇ ਤਾਂ ਲੋਕ ਐਂ ਲੁਕਦੇ ਨੇ ਜਿਵੇਂ ਚੂਹੇ ਲੁਕਦੇ ਨੇ ਬਿੱਲੀਆਂ ਨੂੰ ਵੇਖ ਕੇ। ਮੈਂ ਹੁਣੇ ਲੈ ਕੇ ਆਉਂਦਾ ਕਿਸ਼ਤ। ਮਲਕੀਤ ਬਾਈ, ਚੰਗਾ ਰਹੇਗਾ ਜੇ ਨਹੀਂ ਹੁੰਦਾ, ਗਲਤ ਗੱਲਾਂ, ਕਿਸ਼ਤ ਦੇ ਪੈਸੇ ਤਾਂ ਦੇਣੇ ਹੀ ਪੈਣੇ ਆ, ਮੈਂ ਫੜ ਲਿਆ। ਸੋਰੀ ਬਾਈ ਜੀ, ਤੁਸੀਂ ਕਰ ਲਓ ਆਪਣਾ ਹੱਟਾ ਨਮਕ ਪੈਕ ਜਿਹੜਾ ਕਰ ਰਹੇ ਸੀ, ਕੰਟੀਨਿਊ। ਬਾਈ ਜੀ, ਮੈਂ ਆਪਣੀ ਕਿਸ਼ਤ ਲੈ ਕੇ ਜਾਣੀ ਹੈ, ਚਾਹੇ ਜੋ ਮਰਜ਼ੀ ਹੋ ਜਾਏ। ਅੱਛਾ ਪੂਜਾ। ਹਾਂਜੀ, ਕਿਹਦੇ ਟਾਰਗੇਟ ਰਹਿ ਗਏ, ਕਿਹਦੇ ਪੂਰੇ ਹੋ ਗਏ? ਮੈਮ ਵੋ ਮੈਨੂੰ ਪਤਾ ਹੀ ਹੈ, ਸਭ ਦੇ ਪੂਰੇ ਹੋ ਗਏ ਹੁਣੇ, ਬਸ ਇੱਕ ਮਹਿੰਦੀ ਦੇ ਰਹਿ ਗਏ ਹੁਣੇ। ਹਾਂਜੀ ਠੀਕ ਹੈ, ਡਨ। ਕੱਲ ਆਉਣ ਦੇ ਇਹਨੂੰ, ਕੱਲ ਕਰਦੀ ਗੱਲ ਇਹਦੇ ਨਾਲ, ਪਤਾ ਨਹੀਂ ਬਾਂਦਰ ਚ ਕਿੱਥੇ ਧੱਕੇ ਖਾਂਦਾ ਫਿਰਦਾ ਹੋਣਾ। ਹਾਂ
इन्ना टाइम लाता फुतू आ छेती नहीं खोल सकते थोड़ा भी सरिया पिया भैन चो इन्ना टाइम कौन लाउंदा हुंदा किथे सरदना जा अनाल दे पिंड गया सी तां करके थोड़ा जिहा टाइम लग गया माल पैक कर लिया आहो हो गया ओ फिर यार गया ही क्यों नहीं छेती करो तुहानू पता ना मैं रिस्क नहीं लै सकदा की स्यापा खड़ा कर लिया मैं पहला क्या सी कोई फुद्दू जा काम ना कर लियो इसी करके नहीं गया जा नाले तेरे करके जिउंदा है ए भैन जो है कौन ये ता दसो किस तरह ना आया सी किसे मलकीत नूं लभ रिहा सी नाले ये मलकीत कौन है ओ मेरा पक्का ना मलकीत आ ओ भरावा तुसीं तां होर ही पंगा पाता सारा इत्थे किवें आया बैंक वालिया ने भेजा होना तुसी जिवें भी करो पहले इनू कढ़ो इत्थों पहले जिथे माल पहुंचाउणा पहुंचा दिए इहदा हल्ला के चलदे आप बोतल दें यार केड़ी दमा जड़ी मर्जी दे दे कोई फर्क नहीं पैंदा आ ले जा मास्टर जी अज कि खुशी च नशा करी जाने हो खुशी च तो पहले ही बहुत नशा होंगे अच्छा मैं समझा नहीं चंगा ना समझे तो साड़ा ना ज्यादा समझ भी बंदे नू तंग कर दिया बंदा थोड़ा जा कमला भी होना चाहिए टमाटर जी हुण थोड़ियां उतलियां गल्लां साडे तां समझ नहीं आउणियां आ जिहड़ा पौगा पौगा लाया तुसीं तां ओह भी लाता चल यार किते होर जाके बैग लाओ चलो भाजी चलिए ओ ओ यार आ भी थोड़ी आ कोई नहीं पियो यार की मास्टर जी कही आना इक्को स्कूल च पढ़े आ दो चार क्लास अगे पिछे होवांगे मास्टर जी तुसी कीतियां होईयां ने मेहनतां तां चंगी जिंदगी जिउने हो नहीं तां फिर साडे वांगू दिहाड़ियां ही लाउणियां सी ओ यार बस होर शब्द ना बोली कोई टट्टू दा पढ़े लिखा मैं कुछ नहीं पले मेरे लोग मास्टर जी कह छड़ दिया
ਭੈਣ ਚ ਜਿਹੜੀ ਉਮਰ ਚ ਮੇਰੇ ਬਾਪੂ ਨੇ ਆਰਾਮ ਕਰਨਾ ਸੀ ਉਹ ਦਿਹਾੜੀਆਂ ਕਰਦਾ ਫਿਰਦਾ। ਘਰ ਵਾਲੀ ਤੇ ਕਦੇ ਪੁੱਛਣ ਦੀ ਹਿੰਮਤ ਹੀ ਨੀ ਹੋਈ ਸਾਲੀ ਵੀ ਤੈਨੂੰ ਕੀ ਚਾਹੀਦਾ। ਕੁਛ ਨੀ ਬੋਲੇ ਮੇਰੇ। ਸਾਲਾ ਸਰਕਾਰਾਂ ਨੇ ਇੰਨਾ ਉਲਝਾ ਰੱਖਿਆ, ਅਸੀਂ ਆਪਦੀ ਨੌਕਰੀ ਤਾਂ ਕੀ ਬਚਾਉਣੀ ਸੀ, ਮੈਨੂੰ ਲੱਗਦਾ ਆਪਣਾ ਆਪ ਵੀ ਨਹੀਂ ਬਚਾ ਪਾਵਾਂਗੇ। ਸਾਡੇ ਸਕੂਲਾਂ ਦਾ ਸਟੈਂਡਰਡ ਇਸ ਗੱਲ 'ਤੇ ਨਿਰਭਰ ਕਰਦਾ ਵੀ ਉੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ ਜਾਂ ਨਹੀਂ। ਸਾਡੇ ਨਾਲੋਂ ਤਾਂ ਦਿਹਾੜੀਦਾਰ ਚੰਗੇ ਆ, ਉਹਨਾਂ ਨੂੰ ਪਤਾ ਤਾਂ ਹੈ ਪੈਸਾ ਕਮਾਵਾਂਗੇ ਘਰੇ ਲਿਆਵਾਂਗੇ। ਪੜ੍ਹਿਆ ਲਿਖਿਆ ਬੰਦਾ ਤਾਂ ਉੱਲੂ ਵਰਗਾ ਨੇਰੇ 'ਚ ਬੜਾ ਰਹਿੰਦਾ, ਜਦੋਂ ਦਿਨ ਚੜ੍ਹਦਾ ਉਹਨੂੰ ਕੁਛ ਨਹੀਂ ਪਤਾ ਲੱਗਦਾ। ਚੰਗਾ ਇਹੀ ਆ ਸੱਚ, ਜਿੰਨਾ ਛੇਤੀ ਉਹ ਮੰਨ ਲੂਗਾ ਨਾ ਓਨਾ ਹੀ ਚੰਗਾ। ਬਿੰਦਰਾ ਬਿੰਦਰ ਯਾਰ, ਕੱਲ ਨੂੰ ਆਪਦੇ ਨਾਲ ਦਿਹਾੜੀ 'ਤੇ ਲੈ ਜਾ ਪੱਠੇ 'ਤੇ। ਤੈਨੂੰ ਇੱਕ ਗੱਲ ਸਮਝਾ ਦਿੰਦਾ, ਤੇਰੇ ਮੂੰਹ ਤੋਂ ਆ ਪੱਟੀ ਮੈਂ ਇਸ ਕਰਕੇ ਖੋਲੂੰਗਾ ਕਿ ਤੂੰ ਖਾਣਾ ਖਾ ਸਕੇ, ਪਰ ਜੇ ਕੋਈ ਫਾਲਤੂ ਦੀ ਚੜਬੜ ਜੀ ਕੀਤੀ ਨਾ ਤਾਂ ਸਾਲਿਆ ਉੱਤੋਂ ਪਾ ਕੇ ਥੱਲੋਂ ਦੀ ਕੱਢ ਤੂੰ, ਗੱਲ ਪੈ ਗਈ ਨਾ ਖੋਪੜ 'ਚ। ਤੁਸੀਂ ਮੈਨੂੰ ਉਧਰੋਂ ਕਦੋਂ ਛੱਡੋਗੇ? ਬਸ ਇੱਕ ਦੋ ਦਿਨ ਦਾ ਕੰਮ ਆ ਸਾਡਾ, ਉਦੋਂ ਬਾਅਦ 'ਚ ਤੂੰ ਆਜ਼ਾਦ। ਫਿਰ ਵੈਸੇ ਵੀ ਤੈਨੂੰ ਰੱਖ ਕੇ ਅਸੀਂ ਕਿਹੜਾ ਇੱਥੇ ਦਾਲ ਦਲਾਉਣੀ ਆ। ਭਾਜੀ ਤੁਸੀਂ ਮਲਕੀਤ ਨੂੰ ਜਾਣਦੇ ਹੋ? ਜੇ ਆਪਣੀ ਜਾਨ ਬਚਾਉਣੀ ਚਾਹੁੰਦਾ ਨਾ ਤਾਂ ਅੱਜ ਤੋਂ ਬਾਅਦ ਮਲਕੀਤ ਤੇ ਆ ਘਰ ਨੂੰ ਸਦਾ ਲਈ ਭੁੱਲ ਜਾ, ਤੇ ਨਾਲੇ ਗੱਲ ਸੁਣ, ਆਪਦੀ ਜ਼ੁਬਾਨ ਸਿਰਫ ਖਾਣਾ ਖਾਣ ਲਈ ਚਲਾਉਣੀ ਆ, ਨਹੀਂ ਤਾਂ ਭੈਣ ਦੇ ਯਾਰਾ ਥਾਲੀ ਤੇ ਲਾਗੇ ਕਰ ਜਾਂਦਾ, ਰੋਟੀ ਕਿਵੇਂ ਖਾਊਂਗਾ?
किन्ने जठे हो गए? 18 हो गए। रेंजी है नहीं यार, जा बाबू नूं दस के। प्रिंसीपल साहब 80,000 तो इट हो गई है। अच्छा जी। जदों तक थोड़ी कोठी लेंटर तक पहुंचनी उते पहले पहले सारी हो जानी है। ओ तो गल ठीक है, बस ध्यान रखियो इट पक्की होवे। महाराज अगे कदे होया? टोटल जी 20,000 होगी। 20,000? ओ तो बहुत घट है, तू उधर गिन के पूरी। परला चट्ठा रहंदा जी, दूजे पासे गया नहीं ना है, दिमाग होवे ता ना है। तू सारी गिण के आनी सी, काम करना नहीं आता थानू, आ जाते मूँह चक्के तेन कहा सारी गिण के आ, जमा नहीं काम करना आता थानू। हूँ पूरी गिण के ना आया ना, देख ली पर चित्र पैण गए होर तेरे। प्रिंसीपल साहब, सर जी की गल होगी? कुछ नहीं जी, चिमनी का धुआं पै गया। चिमनी का? ये भी हो सकता उस दिन थोड़े बंदे कोल कलैक्शन कुछ ज़्यादा हो गई होवे ते अपनी लोड़ मुताबक वो फुर हो गया होवे। नहीं सर, ऐदा नहीं हो सकता। वो लिस्ट सिर्फ 70,000 का टारगेट सी। आम तौर पर सर पूरी कलैक्शन कदे भी नहीं होंगी। नाले सर कई बार ऐदा भी होया कि वह बैंक के लिए 2-3 लाख रुपए का पर डे कलैक्शन भी लिया चुका। जे सर उन्हें बेईमान होना होंदा तो उदों भी तो हो सकता सी। लगता तुसी कुछ ज्यादा ही जानकारी रखते उस बंदे बारे। सर साडे नाल काम करदा हो, इन्ना का तो पता लग ही जांदा कि कौन की सोच रखदा। ए भी गल है भाई। खैर लिस्ट दो। ठीक है सर, देखते हैं की कर सकते हैं। आलो सर। मुंशी जी। जनाब अलेस लेके जा। सत श्री अकाल जी। सत श्री अकाल युवराज। आ मुंडा आया सी थोड़े घरे? हर महीने आउंदा जी, इस बार भी आया सी, किश्त लेके गया। जनाब जानकारी तो कोई खास नहीं जी। टाइम की सी लगभग? टाइम 10 बजे सी। की गल होगी जी? मुंडा उसे दिन दा गायब आ। मैं तो उस दिन घर भी नहीं सी। हाँ धरे ते आया सी उस दिन मेरे कोल। कोई होर जानकारी है इहदे बारे? ना जी। Thank you.
मेरी तो जिंदगी बर्बाद होगी जिद्दां दी तेरे नाल व्याही है। मेरे माँ प्यो दे कहण ते मैं तेरे नाल व्याह करा लिया। मैंने तो चंगे भले वधिया घर दे मुंडे दा रिश्ता आउंदा सी, जिंदगी बर्बाद करके रखती। जे अज मेरे माँ प्यो जिउंदे हुंदे ना कदों दा किनारा कर जांदी मैं। होर कोई चारा ही नहीं सी मेरे कोले, जवाब देता सी स्कूल वाले ने। काश मैं भी उस वक्त तेन जवाब दे दिंदी। तू हुण भी जा सकती है, हजे भी तेरे कोले मौका हैगा। की मतलब? केड़ा मौका? मैनू सब पता, मेरे जान पिछों की हुंदा। जो तू चाहो ना हुण तेनू उही करके दिखाऊं। जंटिया किरण नूं आ के सब्जी बना दे। जंटे बोलदा नहीं, किरणा नूं आ के सब्जी बना दे। हेलो, हाँ जी सरन जनाब जी, जिहड़े मुंडे नूं आपां लभ रहे सी ओहदी वीडियो मिली है जी, स्कूल दे सामने गेट वाले ते सीसीटीवी फुटेज चों। मैं ओह मुंडे दा एड्रैस भी सेंड कर रहा जी, ते नाले तुहानूं मैं वीडियो सेंड कर रहा जी। ठीक है जनाब, जान दीपे। जी जनाब। हाँ जी जनाब। दीपिया मार जरा बेल, वेख जरा है कोई अंदर। दीपे कोई अंदर नहीं है। है नहीं कोई? ਜੋ ਜਿਹੜਾ ਰਾਂਝਾ 30 ਮਿਲੇ ਆਣਾ ਕੱਟ ਕੇ ਕਿਸੇ ਦੀ, ਇਹ ਮਨ ਪਊ ਆਪਾਂ ਨੂੰ। ਆਪਾਂ ਨੂੰ ਇੱਥੋਂ ਨਿਕਲਣਾ ਪੈਣਾ। ਟੈਂਟਾ ਸਿੰਘ ਸਤਿ ਸ਼੍ਰੀ ਅਕਾਲ ਜੀ, ਕੀ ਗੱਲ ਹੋ ਗਈ ਜੀ? ਜੰਟਾ ਘਰੇ ਆ? ਹਾਂਜੀ ਘਰੇ ਆ ਜੀ। ਬੁਲਾਓ ਉਹਨੂੰ। ਹਾਂਜੀ ਬੁਲਾ ਦਿੰਦਾ ਜੀ। ਜੰਟੇ ਹਾਂਜੀ ਜਨਾਬ। ਤੂੰ ਜੰਟਾ? ਹਾਂਜੀ ਮੇਰਾ ਨਾਂ ਹੀ ਜੰਟਾ ਜੀ। ਚੱਲ ਫਿਰ ਥਾਣੇ। ਪਰ ਗੱਲ ਕੀ ਹੋਈ ਦੱਸੋ ਤਾਂ ਸਹੀ ਜਨਾਬ। ਗੱਲ ਤਾਂ ਕੁਛ ਨਹੀਂ, ਬਸ ਐਵੇਂ ਮਾਮੂਲੀ ਜੀ ਪੁੱਛ ਗਿੱਛ ਕਰਨੀ ਆ ਤੇਰੇ ਤੋਂ। ਡਰਦਾ ਕਿਉਂ ਆ? ਬਿਠਾ ਇਹਨੂੰ ਗੱਡੀ 'ਚ। ਓਏ ਜਨਾਬ ਗੱਲ ਤਾਂ ਦੱਸ ਦਿਓ ਜੀ, ਕੀ ਗੱਲ ਹੋ ਗਈ? ਘਰ ਵੱਲ ਨੂੰ ਮੋੜ ਗੱਡੀ, ਉੱਧਰ ਨਾਲ ਸ਼ੱਕ ਜਿਹਾ ਕੱਢੇ ਚੱਲੀਏ।
हेलो गल सुन हाँ जी दसो दसन नहीं पूछन आया अस अपने घर वाल देख जानदा करते हैं बारे ये तो जी 6 महीने हो गए बाहर गए हुए हैं जिंदा लग्या होया इत्थे मलकीत सिंह बारे जानदा ज्यादा तो नहीं जानदा जी बस आ खेत नेड़ तेड़ करके थोड़ा बहुत जानदा दीपे हाँ जी जनाब गड्डी सीधी थाने लेके चल जी आ जड़ा पिछे तोता बैठा ना हाँ जी ये वेखिए की बोलता चल ठीक है जी